थोड़ा स्वागत है ते मैं हां बबीता ते मैं हां हरमीत सिंह। और हरमीत की हालचाल? हालचाल वधिया, मेरा मूड ऑफ आज। मूड ऑफ है क्यों यार? मैं हुणे बाहर आया, एक बंदा मेनू गालां कढ गया। ओह नो। फिर गल पता क्यों कढी? गल पता की हुई? मैं बैठा सीगा बाहर चाह पी रहा सीगा ढाबे ते। अच्छा। एक गड्डी रुकी, उन्हें आवाज मारी मेनू। अच्छा। कंदा पाजी गल सुनो। मैं गल सुनन चल गया यार। हाँ। पंजाबी बंदे हैं, हेल्पिंग होंदे हैं। बिल्कुल। मैं गल सुनन चल गया उदी। मैं गल सुनी ते मेनू कहंदा पाजी मैं लुधियाने जाना। अच्छा। ते मैं कहा जाओ वीरे वधिया गल जाओ। अगो गाला कढ गया। क्यों? मेनू की पता हुण क्यों? ओ फिर रस्ता पुछदा होणा थोड़े कोलो। ओ तेरी, मेनू लगा किते मेनू कहंदा पाजी मैं लुधियाने जाना, मेनू परमिशन लैण दे किते। ਜਿਨ੍ਹਾਂ ਨੂੰ ਲੱਗਦਾ ਸੀ ਕਿ ਹੁਣ ਬਾਰਡਰ ਬੰਦ ਹੋ ਜਾਣਾ, ਉਹਨਾਂ ਨੂੰ ਬਹੁਤ ਸੁਖਾਲਾ ਹੋ ਗਿਆ, ਸੌਖਾ ਹੋ ਗਿਆ ਕੰਮ। ਪਰ ਇੱਕ ਗੱਲ ਆ, ਅਸੀਂ ਲੋਕਡਾਊਨ ਤੋਂ ਸਿੱਖਿਆ ਬਹੁਤ ਕੁਝ ਆ। ਸਹੀ ਗੱਲ ਆ, ਬਹੁਤ ਕੁਝ ਸਿੱਖਿਆ। ਜਿਵੇਂ ਆਪਾਂ ਟਾਈਮ ਦੇ ਪੱਕੇ ਹੋ ਗਏ ਆ, ਹਾਂ, ਅਸੀਂ ਕੁਦਰਤ ਨੂੰ ਸੰਭਾਲਣਾ ਸ਼ੁਰੂ ਕਰਤਾ, ਵਾਤਾਵਰਨ ਦਾ ਖਿਆਲ ਰੱਖਦੇ ਹਾਂ ਹੁਣ। ਸਾਨੂੰ ਚੋਟ ਲੱਗੀ ਨਾ ਜਦੋਂ, ਹੁਣ ਸੋ ਆਪਾਂ ਸਮਝਦਾਰ ਹੋ ਗਏ ਹੁਣ ਸਾਰੇ। ਪੋਲਿਊਸ਼ਨ ਘੱਟ ਗਿਆ। ਤੁਹਾਨੂੰ ਕਿੰਨੀਆਂ ਦਿੱਕਤਾਂ ਆਈਆਂ ਸੀ ਕਰਫਿਊ ਦੇ ਦੌਰਾਨ? ਤੁਸੀਂ ਆਉਣਾ ਜਾਣਾ, ਤੁਹਾਨੂੰ ਬੜੀ ਦਿੱਕਤ ਆਈ ਹੋਣੀ ਤੁਹਾਨੂੰ ਵੀ? ਦਿੱਕਤ ਤੇ ਬਹੁਤ ਹੁੰਦੀ ਹੈ, ਬਟ ਆਪਾਂ ਰੂਲਸ ਵੀ ਮੰਨੇ ਹੁੰਦੇ ਆ ਹੁਣ। ਹੁਣ ਜਿਸ ਤਰੀਕੇ ਨਾਲ ਸਰਕਾਰ ਕਹਿੰਦੀ ਹੈ ਸਾਨੂੰ ਮੰਨਣਾ ਪੈਂਦਾ ਹੈ। ਹੁਣ ਪਹਿਲਾਂ ਸਰਕਾਰ ਨੇ ਕਹਿਤਾ ਸੀਗਾ ਕਿ ਠੇਕੇ ਖੋਲੇ ਰਹਿਣਗੇ ਤੇ ਸਬਜ਼ੀਆਂ ਜੋ ਵੀ ਆ, ਬਾਕੀ ਸਮਾਨ ਸਾਰਾ 8 ਵਜੇ ਤੱਕ ਬੰਦ ਹੋ ਜਾਊਗਾ। ਹੁਣ ਤਾਂ ਜਿਮ ਵੀ ਖੁੱਲ ਗਏ ਹੈ ਨਾ, ਸੌਖਾ ਹੋ ਜਾਊਗਾ ਹੁਣ। ਸਾਨੂੰ ਤਾਂ ਸੌਖਾ ਹੋ ਜਾਏਗਾ, ਜਿਹੜੇ ਪਹਿਲਾਂ ਹੀ ਜਿਨ੍ਹਾਂ ਨੇ ਆਲੂਆਂ ਵਾਲੇ ਪਰੌਂਠੇ ਖਾਣੇ, ਆਲੂ ਐਡੇ ਐਡੇ ਖਾਣੇ, ਹਰ ਚੀਜ਼ ਸਬਜ਼ੀ 'ਚ ਆਲੂ ਖਾਣੇ, ਉਹਨਾਂ ਨੂੰ ਕੀ ਹੁਣ ਤੁਸੀਂ ਜਿਮ ਜਿਮ ਜਾਂਦੇ ਹੋ? ਨਹੀਂ, ਜਿਮ ਸ਼ੁਰੂ ਕਰੂੰਗਾ ਹੁਣ, ਮੈਂ ਉਹੀ ਗੱਲ ਕਰਨ ਲੱਗਾ। ਹੁਣ ਜਿਮ ਵੀ ਖੁੱਲਣ ਲੱਗੇ ਆ, ਜਿਹੜੇ ਮੇਰੇ ਵਰਗੇ ਬੰਦੇ ਖਾ ਖਾ ਕੇ ਹੋ ਗਏ ਆਲੂ, ਹੁਣ ਉਹ ਵੀ ਕਰਨਗੇ ਜਿਮ ਚਾਲੂ। ਇਹ ਸੱਚੀ ਗੱਲ ਆ, ਹੁਣ ਸਾਰੇ ਜਿਮ ਚਾਲੂ ਕਰਨਗੇ। ਵੈਸੇ ਤਾਂ ਕਹਿੰਦੇ ਤਾਂ ਸਾਰੇ ਹੁੰਦੇ ਆ ਕਿ ਅਸੀਂ ਐਕਸਰਸਾਈਜ਼ ਕਰਾਂਗੇ, ਜਿਮ ਚਾਲੂ ਕਰਾਂਗੇ, ਆਪਣੇ ਆਪ ਨੂੰ ਐਕਸਰਸਾਈਜ਼ ਪ੍ਰੋਪਰ ਕਰਿਆ ਕਰਾਂਗੇ ਔਰ ਰੂਟੀਨ 'ਚ ਆ ਜਾਂਗੇ। ਪਰ ਮੈਨੂੰ ਨਹੀਂ ਲੱਗਦਾ ਹਰਮੀਤ, ਤੁਹਾਨੂੰ ਦੇਖ ਕੇ ਲੱਗਦਾ ਕਿ ਤੁਸੀਂ ਰੈਗੂਲਰ ਜਿਮ ਜੁਆਇਨ ਕਰੋਗੇ। ਨਹੀਂ, ਮੈਂ ਕਰ ਸਕਦਾ ਹਾਂ ਪਰ ਕੀਤਾ ਨਹੀਂ ਜਾਂਦਾ। ਵੈਸੇ ਮੇਨਲੀ ਗੱਲ ਇਹ ਆ, ਪਰ ਲੋਕਡਾਊਨ ਦੇ ਜੋ ਤੁਸੀਂ ਗੱਲ ਕੀਤੀ ਆ ਮੇਰੇ ਨਾਲ, ਆਪਾਂ ਮਾਸਕ ਪਾਈ ਰੱਖਿਆ ਹੈ ਨਾ ਸਾਰਿਆਂ ਨੇ। ਜਿਹੜੇ ਬੱਚੇ 2019 ਤੇ 20 ਦੇ ਵਿੱਚ ਪੈਦਾ ਹੋਏ ਆ, ਉਹਨਾਂ ਬੱਚਿਆਂ ਨੇ ਵੱਡੇ ਹੋ ਕੇ ਪਤਾ ਕੀ ਸੋਚਣਾ ਕਿ ਇਹ ਸਾਡੇ ਪ੍ਰਾਈਵੇਟ ਸਪਾਟ ਆ, ਆਪਾਂ ਸ਼ੋ ਨਹੀਂ ਕਰਨਾ ਕਿਸੇ ਅੱਗੇ, ਮਾਸਕ ਪਾ ਕੇ ਰੱਖਣੇ ਆ। ਸੋ ਮਾਸਕ ਪਾਉਣੇ ਵੀ ਜ਼ਰੂਰੀ ਹੈ ਸਾਡੇ ਵਾਸਤੇ, ਅਸੀਂ ਕਹਿ ਦਈਏ ਕਿ ਮਜ਼ਾਕ ਕਰਨਾ ਹੈ, ਮਾਸਕ ਪਾਉਣੇ ਵੀ ਜ਼ਰੂਰੀ ਆ। ਸੋ ਇਹ ਚੀਜ਼ਾਂ ਜਿਹੜੀਆਂ ਅਸੀਂ ਗੱਲਬਾਤ ਕਰਦੇ ਹਾਂ, ਹਾਸੀਆਂ ਖੇੜੀਆਂ ਸਾਡਾ ਪ੍ਰੋਗਰਾਮ ਹੈ, ਅਸੀਂ ਇਹਦੇ ਵਿੱਚ ਕੁਛ ਨਾ ਕੁਛ ਚੀਜ਼ਾਂ ਇਹ ਵੀ ਦੱਸਦੇ ਹਾਂ ਕਿ ਕਿਹੜੀਆਂ ਚੀਜ਼ਾਂ ਜ਼ਰੂਰੀ ਹੈ ਸਾਡੀ ਜ਼ਿੰਦਗੀ 'ਚ ਜੋ ਕਿ ਇਸ ਟਾਈਮ ਹੋ ਰਹੀਆਂ ਨੇ। ਇਹ ਸੋ ਹਾਸੀਆਂ ਖੇੜੀਆਂ ਚੱਲਦੀਆਂ ਰਹਿੰਦੀਆਂ ਕਿਉਂਕਿ ਕਹਿੰਦੇ ਨੇ ਹੱਸਣਾ ਬਹੁਤ ਜ਼ਰੂਰੀ ਹੈ, ਖਾਸ ਕਰ ਹਰਮੀਤ ਤੋਂ ਸਿੱਖਿਆ ਕਰੋ, ਇਹ ਬਹੁਤ ਹੱਸਦੇ, ਹੱਸ ਹੱਸ ਕੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਫੁੱਲ ਗਏ ਆ। ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਦਰਸ਼ਕ ਵੀ ਹੱਸ ਹੱਸ ਕੇ ਇੱਦਾਂ ਫੁੱਲਦੇ ਰਹਿਣਗੇ। ਹਾਂ, ਦਰਸ਼ਕ ਪਲੀਜ਼ ਹੱਸਦੇ ਰਹੋ ਤਾਂ ਕਿ ਅਸੀਂ ਵੀ ਹੱਸਦੇ ਰਹੀਏ। ਬਿਲਕੁਲ ਬਿਲਕੁਲ। ਅੱਛਾ, ਵਿਆਹ ਦੀ ਅਗਰ ਮੈਂ ਗੱਲ ਕਰਾਂ ਕਿ ਵਿਆਹ ਜਿਹੜੇ ਆ ਆਪਾਂ ਦੇਖਦੇ ਹਾਂ ਕਿ ਲੋਕਡਾਊਨ ਦੇ ਦੌਰਾਨ ਵਿਆਹ 'ਚ ਵੀ ਲਿਮਿਟਡ ਲੋਕ ਬੁਲਾਉਣ ਦਾ ਰਿਵਾਜ ਹੋ ਗਿਆ ਹੁਣ ਕਿ 50, ਪਹਿਲਾਂ ਤਾਂ 30 ਸੀ, ਹੁਣ 50 ਬੰਦੇ ਹੀ ਆ ਸਕਦੇ ਆ। ਕੀ ਲੱਗਦਾ ਹੈ ਕਿ ਜਦੋਂ ਜੇ ਲੋਕਡਾਊਨ ਦੇ ਦੌਰਾਨ ਤੁਹਾਡਾ ਵਿਆਹ ਹੁੰਦਾ ਤੇ ਤੁਸੀਂ ਕਿੰਨੇ ਕੁ ਬੰਦੇ ਬੁਲਾਉਂਦੇ? ਮੈਂ ਵਿਆਹ ਤੋਂ ਪਹਿਲਾਂ ਤਾਂ ਇਹ ਗੱਲ ਕਰਦਾ ਕਿ ਜਦੋਂ ਸਾਡਾ ਹੁਣ ਸਰਕਾਰ ਨੇ ਕਹਿਤਾ ਸੀਗਾ ਕਿ ਵਿਆਹ ਦੇ ਵਿੱਚ ਇੰਨੇ ਬੰਦੇ ਜਾਣੇ ਆ, ਘੱਟ ਬੰਦੇ ਜਾਣੇ ਆ, ਤੇ ਮੈਨੂੰ ਪੱਕਾ ਆ ਕਿ ਫੁੱਫੜ ਜਾਂ ਮਾਸੜ ਪੱਕਾ ਦੁਸੇ ਹੋਣੇ ਆ, ਪੱਕਾ ਭੜਥੂ ਪਾਇਆ ਹੋਣਾ ਘਰਾਂ ਦੇ ਵਿੱਚ। ਤੇ ਜੇ ਵਿਆਹ ਦੀ ਗੱਲ ਕਰੀਏ, ਜਦੋਂ ਨਵਾਂ ਨਵਾਂ ਵਿਆਹ ਹੁੰਦਾ ਹੈ, ਰਿਸ਼ਤਾ ਪੱਕਾ ਹੋ ਜਾਂਦਾ ਹੈ, ਫੋਨ ਤੇ ਗੱਲਾਂ ਹੁੰਦੀਆਂ ਮਿੱਠੀਆਂ ਮਿੱਠੀਆਂ, ਤੇ ਵਿਆਹ ਤੋਂ ਪਹਿਲਾਂ ਜਦੋਂ ਬੰਦਾ ਗਾਣੇ ਗਾਉਂਦਾ ਹੈ, ਪਤਾ ਕਿਹੋ ਜਿਹੇ ਗਾਉਂਦਾ ਹੈ? ਜਦ ਉੱਠਦਾ ਜਦ ਬਹਿੰਦਾ ਬਸ ਤੇਰਾ ਹੀ ਨਾ ਲੈਂਦਾ, ਉਹ ਨਾ ਪੀਵੇ ਨਾ ਖਾਵੇ ਪੁੰਨ ਖੱਟ ਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ। ਜਦੋਂ ਵਿਆਹ ਹੋ ਜਾਂਦਾ ਆ, ਵਿਆਹ ਹੋਣ ਤੋਂ 6 ਮਹੀਨੇ ਬਾਅਦ ਜਾਂ ਸਾਲ ਬਾਅਦ, ਜਦੋਂ ਸਮਾਨ ਲਿਆਉਣਾ ਪੈਂਦਾ ਸਾਰਾ, ਘਰ ਦੀ ਸਫਾਈ ਵੀ ਕਰਨੀ ਪੈਂਦੀ ਕਦੇ ਕਦੇ, ਹਾਂ, ਉਦੋਂ ਬੰਦਾ ਫਿਰ ਰੱਬ ਨੂੰ ਲਾਣ ਤਾਂ ਪਾ ਕੇ ਪਤਾ ਕੀ ਕਹਿੰਦਾ, ਰੱਬਾ ਜੇ ਤੇਰਾ ਵਿਆਹ ਹੋ ਜਾਵੇ ਤੂੰ ਵੀ ਵੋਟੀ ਤੋਂ ਵੇਲਣੇ ਖਾਵੇ, ਰੱਬਾ ਜੇ ਤੇਰਾ ਵਿਆਹ ਹੋ ਜਾਵੇ। ਫਿਰ ਕਹਿੰਦਾ ਆ, ਵੋਟੀ ਮਿਲੇ ਤੈਨੂੰ ਫੈਸ਼ਨਾਂ ਦੀ ਪੱਟੀ ਹੋਏ, ਤੁਹਾਡੇ ਵਰਗੀ ਵੋਟੀ ਮਿਲੇ ਤੈਨੂੰ ਫੈਸ਼ਨਾਂ ਦੀ ਪੱਟੀ ਹੋਏ, ਤੇਰੀ ਚੌਂਕ ਦੇ ਵਿਚਾਲੇ ਪੋਚੇ ਫੱਟੀ ਹੋਏ, ਤੂੰ ਵੀ ਆਲੂ ਗੰਡੇ ਗਾਜਰਾਂ ਲੈ ਆਵੇ, ਰੱਬਾ ਜੇ ਤੇਰਾ ਵਿਆਹ ਹੋ ਜਾਵੇ ਤੂੰ ਵੀ ਵੋਟੀ ਤੋਂ ਵੇਲਣੇ ਖਾਵੇ। ਤੁਹਾਨੂੰ ਲੱਗਦਾ ਕਿ ਜ਼ਿਆਦਾ ਐਕਸਪੀਰੀਅੰਸ
ਐਕਸਪੀਰੀਅੰਸ ਹੈ ਬਸ ਤੁਹਾਡਾ ਵਿਆਹ ਹੋਇਆ ਨਹੀਂ ਹਜੇ ਹੈ ਨਾ ਨਹੀਂ ਹੋਇਆ ਨਹੀਂ ਆ ਮੈਂ ਕਹਿੰਦਾ ਕਿ ਹੋਵੇ ਵੀ ਨਾ ਅੱਛਾ ਨਹੀਂ ਤੁਹਾਨੂੰ ਇਹਨਾਂ ਐਕਸਪੀਰੀਅੰਸ ਫਿਰ ਕਿਦਾਂ ਵਿਆਹ ਦਾ ਮੇਰੇ ਤੁਹਾਡਾ ਤਾਂ ਵਿਆਹ ਹੋਇਆ ਨਹੀਂ ਮੇਰੇ ਦੋ ਦੋਸਤ ਵਿਆਹੇ ਗਏ ਆ ਨਾ ਸੋ ਮੈਨੂੰ ਸਾਰੀ ਗੱਲ ਦੱਸਦੇ ਆ ਹੁਣ ਕਿ ਕੀ ਬੀਤਦੀ ਆ ਆਪਾਂ ਵਿਆਹ ਤੋਂ ਬਾਅਦ ਉਹ ਮੈਨੂੰ ਸਾਲ ਸਾਲ ਡੇਢ ਡੇਢ ਸਾਲ ਬਾਅਦ ਮਿਲਦੇ ਆ ਹਾਲਾਂਕਿ ਆਪਾਂ ਇੱਕੋ ਸ਼ਹਿਰ 'ਚ ਰਹਿੰਦੇ ਹਾਂ ਵਿਆਹ ਤੋਂ ਬਾਅਦ ਇੰਨਾ ਚੇਂਜ ਹੋ ਜਾਂਦਾ ਮਾਹੌਲ ਸਾਰਾ ਤੇ ਪਰ ਇਹ ਚੀਜ਼ਾਂ ਮੈਂ ਨਹੀਂ ਮੰਨਦੀ ਕਿ ਇਹ ਗਲਤ ਹੈ ਕਿ ਠੀਕ ਆ ਹਰ ਚੀਜ਼ ਜ਼ਰੂਰੀ ਵੀ ਆ ਬਟ ਇਹ ਚੀਜ਼ਾਂ ਨਹੀਂ ਕਿ ਵਿਆਹ ਤੋਂ ਬਾਅਦ ਬੰਦਾ ਪਰੇਸ਼ਾਨ ਹੋਣ ਲੱਗ ਜੇ ਜਾਂ ਫਿਰ ਉਹਨੂੰ ਬਸ ਘਰ ਦੇ ਕੰਮ ਹੀ ਉਹ ਕਰਦਾ ਹੈ ਜਾਂ ਫਿਰ ਆਲੂ ਗੰਢੇ ਜਿੱਦਾਂ ਕਹਿ ਰਹੇ ਹੋ ਤੁਸੀਂ ਕਿ ਲੈ ਕੇ ਆਉਂਦਾ ਆ ਬਟ ਇਹ ਮੈਨੂੰ ਨਹੀਂ ਲੱਗਦਾ ਕਿ ਇਹ ਜ਼ਰੂਰੀ ਆ ਹੋ ਹੁੰਦਾ ਆ ਬਟ ਇੰਨਾ ਵੀ ਨਹੀਂ ਕਿ ਮਤਲਬ ਜਿਹੜੀ ਲੇਡੀ ਆ ਜਿਹੜੀ ਉਹਦੀ ਵਿਆਹ ਤਾਂ ਉਹਦੀ ਘਰ ਵਾਲੀ ਆ ਤੇ ਉਹਨੂੰ ਇੰਨਾ ਪਰੇਸ਼ਾਨ ਕਰਦੀ ਆ ਪਰ ਮੇਨ ਇੱਕ ਗੱਲ ਇਹ ਵੀ ਆ ਜਦੋਂ ਵਿਆਹ ਹੋਣ ਤੋਂ ਸਾਲ ਬਾਅਦ ਤੇ ਉਹ ਵਿਚਾਰਾ ਸਮਾਨ ਸਮੂਨ ਲਿਆਉਣ ਲੱਗ ਪਿਆ ਹੁਣ ਤਾਂ ਉਹਨੂੰ ਐਕਸਪੀਰੀਅੰਸ ਹੋ ਗਿਆ ਹਰ ਕੰਮ ਦਾ ਜਦੋਂ ਰਿਸ਼ਤੇਦਾਰ ਘਰ ਆ ਜਾਂਦੇ ਨਾ ਤੇ ਉਦੋਂ ਆਪਣੀ ਵਾਈਫ ਨੂੰ ਕਹਿੰਦਾ ਆ ਪਤੀ ਜਾ ਰਿਸ਼ਤੇਦਾਰ ਆਇਆ ਕੁਝ ਬਣਾ ਲਾ ਅੱਗੋਂ ਪਤਾ ਕੀ ਕਰਦੀ ਉਹ ਮੂੰਹ ਬਣਾ ਲੈਂਦੀ ਆ ਤੇ ਫਿਰ ਆਪਣੇ ਪਤੀ ਨੂੰ ਕਹਿੰਦੀ ਆ ਉਹ ਤੁਸੀਂ ਕੁਝ ਲੈ ਆਓ ਉਹ ਰਿਕਸ਼ਾ ਲੈਣ ਦਾ ਕਹਿੰਦਾ ਤੂੰ ਕੁਝ ਬਣਾਉਣਾ ਤੇ ਹੈ ਨੀ ਇਹਨਾਂ ਨੂੰ ਘਰ ਭੇਜੀਏ ਫਿਰ ਬਹੁਤ ਵਧੀਆ ਜੀ ਇਹ ਤਾਂ ਇਹ ਗੱਲ ਕਹਿ ਸਕਦੇ ਹੋ ਤੁਸੀਂ ਕਿ ਇਹ ਘਰ ਦੀਆਂ ਹਕੀਕਤਾਂ ਨੇ ਜੋ ਘਰ ਵਿੱਚ ਰਿਸ਼ਤੇਦਾਰ ਆਉਂਦੇ ਆ ਜਾਂ ਫਿਰ ਛੋਟੀਆਂ ਛੋਟੀਆਂ ਇਹ ਚੀਜ਼ਾਂ ਜਿਹੜੀਆਂ ਨੋਕ ਝੋਕ ਹੈ ਇਹ ਸਭ ਚੀਜ਼ਾਂ ਚੱਲਦੀਆਂ ਰਹਿੰਦੀਆਂ ਅੱਛਾ ਹੋਰ ਕੋਈ ਗੱਲਬਾਤ ਸੁਣਾਓ ਸਾਨੂੰ ਹੋਰ ਕੋਈ ਗੱਲਬਾਤ ਇਹ ਆ ਜਦੋਂ ਅਸੀਂ ਇੱਕ ਵਾਰੀ ਨਾ ਕਾਲਜ ਪੜ੍ਹਦੇ ਸੀਗੇ ਤੇ ਰਿਹਰਸਲ ਸੁਣੇ ਸਾਡੀ ਯੂਥ ਫੈਸਟੀਵਲ ਦੀਆਂ ਅੱਛਾ ਅਸੀਂ ਬੱਸ ਸਟੈਂਡ ਤੇ ਟਿਕਟ ਲੈਣ ਲੱਗੇ ਅੱਛਾ ਤੇ ਟਿਕਟ ਲੈਣ ਲੱਗੇ ਤੇ ਇੱਕ ਬੰਦਾ ਟਿਕਟ ਲੈ ਰਿਹਾ ਤੇ ਅੱਗੇ ਉਸ ਬੰਦੇ ਨੂੰ ਕਹਿੰਦਾ ਹੁਸ਼ ਹੁਸ਼ ਜਿਹਨਾਂ ਨੂੰ ਕਿ ਅਸੀਂ ਕੰਮ ਸਮਝਾਉਂਦੇ ਆ ਕਾਫੀ ਲਾ ਦਿੰਦੇ ਆ ਕਾਫੀ ਟਾਈਮ ਲਾ ਦਿੰਦੇ ਸਮਝਾਉਣ ਨੂੰ ਅੱਗੋਂ ਸਾਨੂੰ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਹ ਹਕੀਕਤ ਹੈ ਸਾਡੇ ਨਾਲ ਵੀ ਹਰਮੀਤ ਹੈ ਹੁੰਦਾ ਰਹਿੰਦਾ ਹੈ ਸੱਚੀ ਹੁੰਦਾ ਰਹਿੰਦਾ ਹੈ ਹੁੰਦਾ ਨਹੀਂ ਹੈ ਇਹ ਕਹਿਣਾ ਨਹੀਂ ਚਾਹੁੰਦੇ ਔਨ ਕੈਮਰਾ ਇਹੋ ਜਿਹੇ ਬੰਦੇ ਵਾਕਈ ਸਾਡੇ ਨਾਲ ਕੋਲੀਗ ਸਾਡੇ ਨਾਲ ਕੰਮ ਕਰਦੇ ਆ ਇਹੋ ਜਿਹੇ ਬੰਦੇ ਹੈਗੇ ਜਿਹਨਾਂ ਨੂੰ ਅਸੀਂ ਸਮਝਾਉਂਦੇ ਹਾਂ ਲੇਕਿਨ ਉਹ ਅੱਗੋਂ ਜਦੋਂ ਸਾਨੂੰ ਕੋਈ ਗੱਲ ਕਹਿਣਾ ਚਾਹੁੰਦੇ ਆ ਸਾਨੂੰ ਸਮਝਾਉਂਦੇ ਆ ਤੇ ਬਾਹਲਾ ਉਹਨਾਂ ਨੂੰ ਟਾਈਮ ਲੱਗ ਜਾਂਦਾ ਫਿਰ ਅਸੀਂ ਮਨੋ ਮਨ ਹੱਸਦੇ ਆ ਉਹ ਕੀ ਗੱਲ ਮੈਨੂੰ ਉਹਨਾਂ ਦੀ ਯਾਦ ਆ ਗਈ ਸੋ ਇਹ ਬਹੁਤ ਫਨੀ ਚੀਜ਼ ਸੀਗੀ ਫਿਰ ਹੁਣ ਮੇਰੀ ਇੱਕ ਟਾਈਮ ਹੋ ਗਿਆ ਸ਼ਾਇਰੀ ਦਾ ਅੱਛਾ ਔਰ ਇਹ ਉਹ ਹੋ ਗਏ ਇਹਨਾਂ ਦੀ ਸੜੀ ਜੀ ਸ਼ਾਇਰੀ ਦਾ ਟਾਈਮ ਸੋ ਆਡੀਅੰਸ ਜੋ ਵੀ ਉੱਥੇ ਲੜੀ ਪਈ ਸੜੀ ਨਾ ਕਿਆ ਕਰੋ ਸੜੀ ਨਾ ਕਿਆ ਕਰੋ ਮੈਨੂੰ ਹੁੰਦਾ ਆ ਮੈਂ ਅੱਜ ਲਿਖਿਆ ਕਿ ਮਧੂਮੱਖੀ ਮਿੱਠੇ ਤੇ ਮਰਦੀ ਆ ਮਧੂਮੱਖੀ ਮਿੱਠੇ ਤੇ ਮਰਦੀ ਆ ਮੇਰੇ ਖੱਬੇ ਕੰਨ ਦੀ ਮੈਲ ਵੀ ਗੱਲ ਕਰਦੀ ਆ ਹਾਏ 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 ਇਹ ਚੀ 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 ਮੈਲ ਵੀ ਕਦੀ ਗੱਲ ਕਰਦੀ ਹੁੰਦੀ ਆ ਤੇ ਮੇਰੇ ਕੰਨ ਦੀ ਮੈਲ ਗੱਲ ਕਰਦੀ ਹੋਏਗੀ ਨਾ ਤਾਂ ਹੀ ਮੈਂ ਕਹਿੰਦੀ ਹੁੰਦੀ ਆ ਕਿ ਐਡਾ ਸੜਿਆ ਸ਼ੇਰ ਕਿ ਇਹ ਸੁਣਾਣਗੇ ਹੀ ਸੁਣਾਣਗੇ ਬਾਅਦ ਵਿੱਚ ਸੋ ਇਸ ਦੇ ਨਾਲ ਹੀ ਜੀ ਇਹ ਸੀ ਸਾਡਾ ਰੁਕੋ ਚਾਹ ਧਰੀਆ ਮੋਮਬੱਤੀ ਤੇ ਪੀ ਕੇ ਜਾਓ ਮੋਮਬੱਤੀ ਤੇ ਫਿਰ ਤਾਂ ਚਾਹ ਤੁਸੀਂ ਪੀਓ ਉਹ ਵੀ ਪਰਸੋਂ ਨੂੰ ਕਿਉਂਕਿ ਮੋਮਬੱਤੀ ਦੀ ਚਾਹ ਮੈਨੂੰ ਨਹੀਂ ਲੱਗਦਾ ਬਣੂਗੀ ਖਾਸ ਕਰ 4-5 ਦਿਨ ਤਾਂ ਉਹ ਲੱਗੇਗੀ ਜਦ ਤੱਕ ਮੋਮਬੱਤੀ ਪਿਘਲ ਜਾਏਗੀ ਚਲੀ ਚਲੀਏ ਫਿਰ ਤੁਸੀਂ ਚਾਹ ਤੇ ਪੀਣੀ ਨਹੀਂ ਹੁਣ ਮੈਂ ਮੋਮਬੱਤੀ ਬੁਝਾ ਹੀ ਦਵਾਂ ਹਾਂ ਤੁਸੀਂ ਚਾਹ ਪੀਓ ਤੇ ਇਸ ਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਕੋ ਵਿਦਾ ਲੈਂਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਲਈ ਤੁਸੀਂ ਵੇਖਦੇ ਰਹੋ ਦੈਨਿਕ ਸਵੇਰਾ ਇਸ ਦੇ ਨਾਲ ਹੀ ਦਿਓ ਇਜਾਜ਼ਤ ਧੰਨਵਾਦ ਓਪਨ ਚੈਲੇਂਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84-374-94-647 84-374-94-648 ਸਿਆਸਤ ਵਪਾਰ ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮ।